प्लेट अपनी तैयार, रोड साइड भटूरे खाण नूं सारे नालों। अहीं दोए जणे खड़े आ बस दी अड़ीक च। आ गई साडी बस। ਆਪਾਂ ਬਾਹਰ ਵੇਖਦੇ ਹਾਂ, ਪਹਿਲਾਂ ਟਰਾਈ ਕਰਦੇ ਹਾਂ। ਆ ਗਿਆ ਆਪਣਾ ਗੋਲ ਗੱਪਾ ਵਿਦਆਊਟ ਮਿੱਠਾ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਦੇਖਣ ਵਾਲਿਆਂ ਨੂੰ। ਦਿਨ ਅੱਜ ਹੈਗਾ ਮੰਗਲਵਾਰ ਦਾ, ਤਰੀਕ ਕਿੰਨੀ ਅੱਜ 14। ਅੱਜ ਹੈਗਾ ਜਵਾਹਰ ਲਾਲ ਨਹਿਰੂ ਦਾ ਜਨਮ ਦਿਨ, ਚਾਚਾ ਚਿਲਡਰਨ ਡੇ ਅੱਜ ਜਵਾਕਾਂ ਦਾ ਦਿਨ। ਅਤੇ ਆਹ ਮੇਰਾ ਜਵਾਕ ਇਹਨੂੰ ਮੈਂ ਟੋਫੀਆਂ ਲਿਆ ਕੇ ਦਿੰਦਾ ਅੱਜ। ਅਤੇ ਮੇਨ ਗੱਲ ਆਹ ਕਰਨੀ ਸੀ, ਅੱਜ ਵਲੋਗ ਮੈਂ ਛੋਟਾ ਰੱਖੂ। ਕੱਲ੍ਹ ਦਾ ਵਲੋਗ ਥੋੜ੍ਹਾ ਜਿਹਾ ਲੇਟ ਅਪਲੋਡ ਹੋਇਆ, ਇੰਟਰਨੈਟ ਦੀ ਪ੍ਰੋਬਲਮ ਆਈ ਰਹੀ ਥੋੜ੍ਹਾ ਚਿਰ। ਸੋ ਅੱਜ ਹੁਣੇ ਇੱਥੇ ਮੈਂ ਆ ਕੇ ਬਾਈ ਹੋਣਾ ਦੇ ਵਲੋਗ ਆਪਦਾ ਅਪਲੋਡ ਕੀਤਾ। ਇਹਨਾਂ ਦੇ ਨਹੀਂ, ਇਹਨਾਂ ਦੇ ਮਤਲਬ ਦੁਕਾਨ ਵਾਲਿਆਂ ਦੇ। ਹਾਂ, ਇੱਥੇ ਆਪਣਾ ਖੋਲਿਆ ਵਾ ਇਮੀਗ੍ਰੇਸ਼ਨ ਆਫਿਸ ਖੋਲਿਆ। ਕੀ ਨਾਂ ਇਮੀਗ੍ਰੇਸ਼ਨ ਵਾਲਿਆਂ ਦਾ? ਅਥੇਨਾ ਆਈਲੈਟਸ ਐਂਡ ਇਮੀਗ੍ਰੇਸ਼ਨ ਸਰਵਿਸਿਜ਼। ਹਾਂਜੀ, ਅਤੇ ਤੁਸੀਂ ਇਹਨਾਂ ਨੂੰ ਕੰਟੈਕਟ ਕਰ ਸਕਦੇ ਹੋ, ਇਹਦੇ ਲਈ ਹਰਜੀਤ ਨੰਬਰ ਮੈਂ ਇਹਨਾਂ ਦਾ ਪਾ ਦੂੰਗਾ ਥੱਲੇ ਡਿਸਕ੍ਰਿਪਸ਼ਨ ਦੇ ਵਿੱਚ। ਹੁਣ ਮੈਂ ਤਾਂ ਸ਼ਹਿਰੀ ਚੱਲੇ ਹਾਂ ਭਟੂਰੇ ਖਾਣ। ਚੱਲ ਵੀ ਮੁੰਡਿਆ ਚੱਲੀਏ। ਓਕੇ, ਆਹ ਮੋਗੇ ਦਾ ਸਾਰਿਆਂ ਨਾਲੋਂ ਮਹਿੰਗਾ ਮਾਲ ਆ ਗਿਆ, ਸਾਰਿਆਂ ਨਾਲੋਂ ਮਹਿੰਗਾ ਮਾਲ, ਸਾਰਿਆਂ ਨੂੰ ਮਹਿੰਗੇ ਕੱਪੜੇ ਮਿਲਦੇ। ਨਾਲ ਹੀ ਕਾਲਜ ਆ ਗਿਆ ਗੁਰੂ ਨਾਨਕ ਕਾਲਜ, ਜਿੱਥੇ ਤੁਹਾਡਾ ਭਰਾ ਪੜ੍ਹਿਆ। ਇੱਥੇ ਵਿਚਾਰੇ ਮਜ਼ਦੂਰ ਬੈਠੇ ਹੁੰਦੇ ਆ, ਆ ਜਿਹੜੇ ਰਹਿ ਗਏ ਉਹ ਰਹਿ ਗਏ, ਬਾਕੀਆਂ ਨੂੰ ਕੰਮ ਮਿਲ ਗਿਆ। ਹਾਂ, ਮਜ਼ਦੂਰ ਯੂਨੀਅਨ ਆ ਗਈ ਇੱਥੇ, ਨਾਲ ਹੀ ਕਲਗੀਧਰ ਗੁਰਦੁਆਰਾ ਆ ਜਾਂਦਾ। ਆ ਗਿਆ ਕਲਗੀਧਰ ਗੁਰਦੁਆਰਾ, ਹਾਂ ਸਾਡਾ ਆ ਗਿਆ ਉੱਚਾ ਨੀਵਾਂ ਪੁਲ। ਜਦੋਂ ਮੀਂਹ ਪੈਂਦਾ ਤਾਂ ਇਹ ਫੁੱਲ ਹੋ ਜਾਂਦਾ ਪਾਣੀ ਦੇ ਨਾਲ ਫੁੱਲ। ਇੱਧਰ ਰੇਲਵੇ ਸਟੇਸ਼ਨ ਸਾਡੇ ਪਾਸੇ, ਉੱਥੋਂ ਟ੍ਰੇਨ ਲੰਘਦੀ ਹੈ। ਹਾਂਜੀ, ਮੇਰਾ ਇੱਕ ਡ੍ਰੀਮ ਆ, ਜਦੋਂ ਟ੍ਰੇਨ ਪੁਲ ਤੋਂ ਨਿਕਲੇ ਉਦੋਂ ਸੁੱਸੂ ਕਰਨਾ, ਥੱਲੇ ਪਊਂਗਾ ਕਿਸੇ ਦੇ ਉੱਤੇ। ਜਿਹੜਾ ਆਪਣਾ ਭਟੂਰਿਆਂ ਵਾਲਾ, ਚਾਵਲਾ ਭਟੂਰਿਆਂ ਵਾਲਾ, ਉਹ ਜਮਾਂ ਸਾਹਮਣੇ ਆ। ਮੈਂ ਜਦੋਂ ਕਾਲਜ 'ਚ ਪੜ੍ਹਦਾ ਹੁੰਦਾ ਸੀ, ਸਕੂਲ 'ਚ ਪੜ੍ਹਦਾ ਹੁੰਦਾ ਸੀ, ਉਦੋਂ ਭਟੂਰੇ ਉੱਥੇ ਹੀ ਖਾਂਦਾ ਹੁੰਦਾ ਸੀ ਜਿੱਥੇ ਆਪਾਂ ਜਾਂਦੇ ਹਾਂ। ਇਹ ਆ ਗਿਆ ਭਟੂਰਿਆਂ ਵਾਲਾ ਚਾਵਲਾ। ਅੰਕਲ ਜੀ ਦੋ ਭਟੂਰੇ ਮੇਰੇ ਲਈ ਵੀ, ਦੋ ਪਲੇਟਾਂ, ਦੋ ਪਲੇਟਾਂ। ਸ਼ਹਿਰੀ ਸਿੰਗਲ ਨਹੀਂ ਮਿਲਣਾ, ਦੋ ਦੋ ਹੀ ਖਾਣੇ ਪੈਣੇ ਆ। ਚੰਗਾ, ਮੈਂ ਤਿੰਨ ਨਹੀਂ ਖਾ ਸਕਦਾ, ਮੇਰਾ ਢਿੱਡ ਛੋਟਾ, ਢਾਈ ਖਾ ਲੂੰਗਾ ਚੱਲ। ਬਹੁਤ ਵਧੀਆ, ਤੁਸੀਂ ਸੁਣਾਓ? ਇਹ ਪ੍ਰਧਾਨ ਜੀ ਆ, ਠੀਕ ਹੈ ਜੀ, ਉਹ ਬਿਜ਼ੀ ਆ, ਤੁਸੀਂ ਦੱਸੋ। ਮੈਂ ਤਾਂ ਤੁਹਾਡੇ ਤੋਂ ਭਟੂਰੇ ਉਦੋਂ ਦਾ ਖਾਣਾ ਜਦੋਂ ਮੈਂ ਖਾਲਸਾ ਸਕੂਲ 'ਚ ਪੜ੍ਹਦਾ ਹੁੰਦਾ ਸੀ 10ਵੀਂ ਕਲਾਸ 'ਚ 2010 ਦਾ। ਤੁਸੀਂ ਤਾਂ ਉਦੋਂ ਵੀ ਬਹੁਤ ਪੁਰਾਣੇ ਆ, ਪਰ ਮੈਂ ਮੈਂ ਉਸ ਦੁਕਾਨ 'ਤੇ ਉਦੋਂ ਤਾਂ ਭਟੂਰੇ ਵੇਚਦਾ ਪਿਆ ਜਦੋਂ ਕਿ ਮੈਂ ਨਾ ਆਰੀਆ ਸਕੂਲ 'ਚ, ਆਰੀਆ ਸਕੂਲ 'ਚ 5ਵੀਂ 6ਵੀਂ ਕਲਾਸ 'ਚ ਪੜ੍ਹਦਾ ਸੀ। 5ਵੀਂ 6ਵੀਂ 'ਚ ਪੜ੍ਹਦੇ ਹੁੰਦੇ? ਅਤੇ ਮੇਰੇ ਵੱਡੇ ਬ੍ਰਦਰ ਆ ਜਿਹੜੇ, ਉਹ ਤਾਂ ਦੱਸਦਾ ਸ਼ੁਰੂ ਦੀ ਇਹ ਕੰਮ, ਉਹ ਠੀਕ ਹੈ ਜੀ, ਸ਼ੁਰੂ ਦੀ ਇਹ ਕੰਮ, ਸ਼ੁਰੂ ਦੀ ਇਹ ਉਹਨਾਂ ਦੀ ਪ੍ਰਤਾਪ ਆ, ਇਹ ਮੇਰੇ ਵੱਡੇ ਬ੍ਰਦਰ ਦਾ ਹੀ ਪ੍ਰਤਾਪ ਆ। ਪਹਿਲਾਂ ਇੱਥੇ ਹੁੰਦੀ ਸੀ ਸੱਤ ਬਣੀ, ਇਹ ਕਦੋਂ ਢਾਈ? ਪੱਕੀਆਂ ਦੁਕਾਨਾਂ ਹੀ ਪੱਕੀਆਂ ਦੁਕਾਨਾਂ, ਹਾਂਜੀ, ਬਿਜਲੀ ਦੇ 2 ਮੀਟਰ ਅੰਦਰ ਲੱਗੇ ਹੋਏ, ਪਾਣੀ ਦਾ ਕਨੈਕਸ਼ਨ ਅੰਦਰ ਲੱਗਾ ਹੋਇਆ, ਲੈਂਡਲਾਈਨ ਫੋਨ ਅੰਦਰ ਲੱਗਾ ਹੋਇਆ। ਇਹ ਤਾਂ ਕਾਰਪੋਰੇਸ਼ਨ ਦਾ ਕੋਈ 50 ਚੱਲਿਆ ਸੀ ਇੱਕੋ ਦਿਨ 'ਚ, ਇੱਕ ਦਿਨ 'ਚ 240 ਖੋਖੇ ਤੋੜਦੇ ਸੀ ਇਹਨਾਂ ਨੇ, 240 ਖੋਖੇ ਕਾਰਪੋਰੇਸ਼ਨ ਨੇ। 4 ਇੱਥੇ ਸੀਗੇ, ਹਾਂਜੀ, 30 ਸਾਹਮਣੇ ਸੀ, 30 ਸਾਹਮਣੇ ਉੱਧਰ, ਹਾਂਜੀ ਹਾਂਜੀ, ਜੁੱਤੀ ਮਾਰਕੀਟ, ਹਾਂਜੀ ਹਾਂਜੀ, 40 ਖੋਖੇ ਸਿਵਲ ਹਸਪਤਾਲ ਦੇ ਬਾਹਰ, ਉਹ ਠੀਕ ਹੈ, ਸਾਰੇ ਪੰਡ 'ਤੇ 15 ਖੋਖੇ ਹੀ ਰਾਮਗਾਈ ਮੰਡੀ 'ਚ, ਸਾਰੇ ਇਹਨਾਂ ਨੇ ਇੱਕੋ ਦਿਨ ਤੋੜਦੇ ਸੀਗੇ। ਕਦੋਂ ਹੋਇਆ ਸੀ ਇਹ? ਇਹ 5 ਸਾਲ ਹੋ ਗਏ ਜੀ, 5 ਸਾਲ ਹੋ ਗਏ, ਠੀਕ ਹੈ। ਆ ਦੇਖੋ ਹਲੇ ਵੀ ਬਿਜਲੀ ਦਾ ਮੀਟਰ ਲੱਗਾ ਹੋਇਆ, ਲੱਗਿਆ ਹੋਇਆ। ਅਤੇ ਤੁਸੀਂ ਫਿਰ ਸਮਾਨ ਸਟੋਰ ਆਪਦਾ ਉੱਧਰ ਕਰਦੇ ਸਾਰਾ? ਪਤਾ ਕੀ, ਸਾਡੀ ਸਾਹਮਣੀ ਗਲੀ 'ਤੇ ਨਾ ਛੋਟੀ ਜਿਹੀ ਵਰਕਸ਼ਾਪ ਹੈਗੀ, ਉਹ ਠੀਕ ਆ, ਉੱਥੇ ਸ਼ਾਮ ਨੂੰ ਸਮਾਨ ਲੈ ਜਾਈਏ, ਲੈ ਕੇ ਜਾਂਦੇ ਹਾਂ, ਅਤੇ ਸਵੇਰੇ ਲੈ ਆਈਦਾ, ਔਖਾ ਕਰਦਾ, ਉੱਤੇ ਭਕਾਈ ਹੋ ਗਈ, ਉੱਤੇ ਭਕਾਈ, ਉੱਤੇ ਭਕਾਈ ਹੋ ਗਈ ਇਹ ਤਾਂ। ਅਤੇ ਤੁਸੀਂ ਮਿੱਠਾ ਵੀ ਬਣਾ ਕੇ ਖਵਾਉਂਦੇ ਹੁੰਦੇ ਸੀ ਉਦੋਂ ਤਾਂ? ਮਿੱਠੇ 'ਚ ਤੁਹਾਡੇ ਕੋਲ ਮੇਰੇ ਹਿਸਾਬ ਨਾਲ ਗਜਰੇਲਾ ਵੀ ਹੁੰਦਾ ਹੁੰਦਾ ਸੀ ਪਹਿਲਾਂ? ਬੜਾ ਕੁਛ ਬਣਾਈ ਦਾ ਸੀ, ਕੰਮ ਕਰੀ ਸੀ ਸ਼ੌਂਕ ਨਾਲ, ਦੁਕਾਨ ਹੁੰਦੀ ਸੀ ਨਾ, ਦੁਕਾਨ ਹੁੰਦੀ ਸੀ, ਹੁਣ ਹੋ ਗਿਆ ਚੁੱਲ੍ਹੀ ਚੱਕਾਂ ਦਾ ਕੰਮ, ਹੁਣ ਔਖਾ ਕੀਤਾ ਕਿ ਨੇ ਕਾਰਪੋਰੇਸ਼ਨ, ਕਾਰਪੋਰੇਸ਼ਨ ਨੇ, ਨਗਰ ਨਿਗਮ ਸੋਚਣਾ ਚਾਹੀਦਾ, ਗਲਤ ਗੱਲ ਹੈ। ਤੁਹਾਡੇ ਕੋਲ ਕਨੈਕਸ਼ਨ ਹੈਗਾ ਪਾਣੀ ਦਾ, ਮੀਟਰ ਹੈਗਾ, ਲੈਂਡਲਾਈਨ ਫੋਨ ਲੱਗਿਆ ਹੋਇਆ, ਬਿਜਲੀ ਦੇ 2 ਮੀਟਰ ਲੱਗੇ ਹੋਏ, ਠੀਕ ਹੈ, ਮੇਰੇ ਇਕੱਲਿਆਂ ਦੇ ਨਹੀਂ, ਸਾਰਿਆਂ ਦੇ ਲੱਗੇ ਹੋਏ, ਸਾਰਿਆਂ ਦੇ ਲੱਗੇ ਹੋਏ। ਚਲੋ, ਆਪਾਂ ਤਾਂ ਤੁਹਾਡੇ ਫੈਨ, ਖਾਣ ਪੀਣ ਵੱਲੋਂ ਭਟੂਰੇ ਪਹਿਲੇ ਦਿਨ ਖਾਣ ਲੱਗਿਆ ਸਭ।
ਪੰਜਾਬੀ ਪਲੇਟ ਆਪਣੀ ਤਿਆਰ ਰੋਡ ਸਾਈਡ ਭਟੂਰੇ ਖਾਣ ਨੂੰ ਸਾਰਿਆਂ ਨਾਲੋਂ ਬੈਸਟ ਜਗ੍ਹਾ ਇਹ ਮੋਗਾ ਚਾਵਲਾ ਭਟੂਰੇ ਵਾਲਾ ਆਲੂ ਪਨੀਰ ਗੰਢੇ ਮਿਰਚ ਸਾਰਾ ਕੁਝ ਨਾਲ ਮਿਲ ਜਾਂਦਾ ਅਤੇ 40 ਰੁਪਈਏ ਦੀ ਪਲੇਟ ਹੈ ਖਾਓ ਨਜ਼ਾਰੇ ਲਓ ਅਚਾਰ ਅਤੇ ਥੋੜ੍ਹੇ ਪਿਆਜ ਨਾਲ ਪਾ ਕੇ ਛੋਲੇ ਮਜ਼ੇਦਾਰ ਅੱਤ ਸ਼ੈਰੀ ਨੂੰ ਤਾਂ ਬਾਹਲਾ ਹੀ ਸਵਾਦ ਲੱਗਿਆ ਲੱਗਦਾ ਕਿਵੇਂ ਵਧੀਆ ਜੀ ਗੁੱਡ ਰੀ ਨਜ਼ਾਰਾ ਆ ਗਿਆ ਥੈਂਕ ਯੂ ਤੁਹਾਡਾ ਜਦੋਂ ਮਰਜ਼ੀ ਆਓ ਮੋਸਟ ਵੈਲਕਮ ਥੈਂਕ ਯੂ ਜੀ ਥੈਂਕ ਯੂ ਭਟੂਰੇ ਖਾ ਲਏ ਹੁਣ ਸ਼ੈਰੀ ਕਹਿੰਦਾ ਜੂਸ ਵੀ ਪਿਲਾ ਮੈਨੂੰ ਵਧੀਆ ਹੁਣ ਆਪਾਂ ਚੱਲੇ ਹਾਂ ਜੂਸ ਵਾਲੇ ਦੇ ਤੁਹਾਨੂੰ ਮੇਰਾ ਫੇਵਰੇਟ ਮੋਗੇ 'ਚ ਜੂਸ ਵਾਲਾ ਮੈਂ ਉਹਨਾਂ ਨੂੰ ਮਿਲਾਉਣਾ ਆ ਜਾਓ ਪਹੁੰਚ ਕੇ ਜੂਸ ਵਾਲੇ ਦੇ ਆਹ ਬਾਈ ਸਾਡਾ ਜੂਸ ਵਾਲਾ ਆਹ ਮੇਰਾ ਪੁਰਾਣਾ ਦੋਸਤ ਮਿਲਿਆ ਮੈਨੂੰ ਇੱਧਰ ਨੂੰ ਮਿਲੇ ਨੇਰਾ ਇੱਧਰ ਨੂੰ ਦਿਖਾਓ ਇਹ ਬਾਈ ਦਾ ਕੰਮ ਹੈਗਾ ਸੋਫਟਵੇਅਰ ਦਾ ਬਾਈ ਹੁਣੇ ਸੋਫਟਵੇਅਰ ਬਣਾਉਂਦੇ ਆ ਇਹੀ ਜੂਸ ਪੀਣ ਲੱਗੇ ਆ ਅਸੀਂ ਦੋਵੇਂ ਜਾਣੇ ਖੜ੍ਹੇ ਹਾਂ ਬੱਸ ਦੀ ਉਡੀਕ 'ਚ ਬੱਸ ਫੜਨੀ ਆ ਮੁੱਲਾਪੁਰ ਨੂੰ ਚੱਲੇ ਨਾਨਕੇ ਮੈਂ ਅਤੇ ਸ਼ੈਰੀ ਨੂੰ ਮੈਂ ਦੋਨੇ ਬੈਗ ਫੜਾ ਦਿੱਤੇ ਮੈਂ ਫੜ ਮੈਂ ਵੀਡੀਓ ਬਣਾਉਣੀ ਹੈ ਬੱਸ ਆਉਣੀ ਆ ਇੱਧਰੋਂ ਮੌਸਮ ਪੂਰਾ ਖਰਾਬ ਆ ਧੂੰਏ ਨੇ ਸੂਰਜ ਦੀ ਰੋਸ਼ਨੀ ਪੂਰੀ ਭੁੱਕੀ ਕੀਤੀ ਪਈ ਆ ਸੂਰਜ ਹੁਣੇ ਮਰੇ ਪਏ ਆ ਗਈ ਸਾਡੀ ਵੀ ਸਵਾਰੀ ਨਾਲ ਮੈਂ ਅਤੇ ਸ਼ੈਰੀ ਪਹੁੰਚ ਗਏ ਮੁੱਲਾਪੁਰ ਹੁਣ ਅਸੀਂ ਖਾਣ ਲੱਗੇ ਹਾਂ ਸੋਹਣੇ ਸੋਹਣੇ ਗੋਲ ਹੈਲੋ ਬਾਬਾ ਹੁਣ ਤੂੰ ਜਾਏਗਾ ਕਿ ਮੈਂ ਤੈਨੂੰ ਘਰੇ ਛੱਡ ਆਵਾਂ ਚਾ ਬਾਬਾ ਚੱਲ ਜਾ ਹੁਣ ਜਾ ਕੇ ਪਊਆ ਲਾ ਤੇ ਸੌਂ ਜਾ ਹੋਰ ਬਥੇਰਾ ਹੋ ਗਿਆ ਨਾ ਹੁਣ ਸਾਡੀ ਆ ਗਈ ਵਾਰੀ ਗੋਲ ਗੱਪੇ ਮੈਨੂੰ ਮਿੱਠਾ ਨਾ ਪਾਇਓ ਓਕੇ ਪਹਿਲੇ ਮਿੱਠਾ ਨਹੀਂ ਪਾਉਣਾ ਨਹੀਂ ਪਹਿਲਾਂ ਨਾ ਆਪਾਂ ਬਾਹਰ ਵੇਖਦੇ ਹਾਂ ਪਹਿਲਾਂ ਟਰਾਈ ਕਰਦੇ ਹਾਂ ਆ ਗਿਆ ਆਪਣਾ ਗੋਲ ਗੱਪਾ ਵਿਦਆਊਟ ਮਿੱਠਾ ਨਾ ਪਾਇਓ ਮਿੱਠਾ ਕੀ ਹੈ ਇਹ ਕਰੀਮ ਨਹੀਂ ਪਾਉਣਾ ਦਹੀਂ ਪਾ ਦਿਓ ਹੁਣ ਬਣ ਲੱਗੇ ਸਾਡੇ ਭਰਮੇ ਗੋਲ ਗੱਪੇ ਬਾਈ ਦਾ ਨਾਮ ਪੁੱਛਣਾ ਕੀ ਆ ਬਾਈ ਤੁਹਾਡਾ ਨਾਮ ਕੀ ਆ ਮੇਰਾ ਨਾਮ ਅਨਿਲ ਕੁਮਾਰ ਮਨੀਸ਼ ਅਨਿਲ ਕੁਮਾਰ ਮੈਂ ਮੋਗੇ ਤੋਂ ਆਓ ਜਿਹੜਾ ਵੀ ਮੁੱਲਾਪੁਰ ਆਵੇ ਹਾਂ ਇਹ ਤੋਂ ਗੋਲ ਗੱਪੇ ਖਾਵੇ ਬਾਈ ਤੋਂ ਬਹੁਤ ਸਵਾਦ ਆ ਮੇਰੇ ਲਈ ਸਪੈਸ਼ਲ ਬਣ ਲੱਗੇ ਹੁਣ ਤਾਂ ਮੁੱਲਾਪੁਰ ਦਾ ਬਾਜ਼ਾਰ ਵੀ ਵੱਡਾ ਬਣ ਗਿਆ ਇਹ ਲੱਗਦਾ ਲੁਧਿਆਣਾ ਹੀ ਆ ਗਿਆ ਹੁੰਦੇ ਆ ਐਤਕੀ ਤਾਂ ਟ੍ਰਿਪ ਤੋਂ ਪਹਿਲੀ ਵਾਰੀ ਆ ਗਏ ਵੀ ਮੁੱਲਾਪੁਰ ਗਲੀ ਦੇ ਵਿੱਚ ਆਪਾਂ ਮੁੱਲਾਪੁਰ ਪਹੁੰਚ ਗਏ ਸੀਗੇ ਉਸ ਤੋਂ ਬਾਅਦ ਦੋਨੇ ਤਿੰਨੇ ਨਾਨੇ ਦੇ ਘਰੇ ਗਏ ਹੁਣ ਅਸੀਂ ਆਏ ਸੀ ਬੇਕਰੀ ਗੋਪਾਲ ਬੇਕਰੀ ਅਸੀਂ ਦੁਬਾਰਾ ਹੀ ਆ ਗਏ ਗੋਲ ਗੱਪਿਆਂ ਵਾਲੀ ਦੁਕਾਨ 'ਤੇ ਮੈਨੂੰ ਲੱਗੀ ਸੀ ਭੁੱਖ
ਹੁਣ ਮੈਂ ਆਰਡਰ ਕੀਤਾ ਪਨੀਰ ਸੈਂਡਵਿਚ ਸੈਂਡਵਿਚ ਖਾ ਕੇ ਘਰੇ ਜਾ ਕੇ ਸੌ ਜਾਣਾ ਅਤੇ ਸਵੇਰੇ ਜਾਣਾ ਕੀਰਤਪੁਰ ਸਾਹਿਬ ਬਾਕੀ ਸੌਂਦੇ ਹਾਂ ਹੈਵ ਅ ਗੁੱਡ ਨਾਈਟ ਅਤੇ ਵੀਡੀਓ ਨੂੰ ਲਾਈਕ ਕਰਦੇ ਹੋ ਜੇ ਤੁਸੀਂ ਐਂਡ ਤੱਕ ਦੇਖ ਲਈ ਹੈਵ ਅ ਗੁੱਡ ਨਾਈਟ ਬਾਏ ਬਾਏ ਕਰਦੇ ਬਾਏ 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 ਗੁੱਡ ਨਾਈਟ।